ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚੇ ਹਾਂ ਗੁਰਦੁਆਰਾ ਹਾਜ਼ਿਰਤਨ ਸਾਹਿਬ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾ ਦਿੰਨੇ ਤੇ ਸੰਗਤ ਵੀ ਖੜੀ ਉਹ ਵੀ ਦਿਖਾ ਦਿੰਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਮਦਿਸ ਨੂੰ ਲੈ ਕੇ ਪ੍ਰੋਗਰਾਮ ਲੀਕਿਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਨੂੰ ਪਵਿੱਤਰ ਕੀਤਾ ਸੀ ਤੇ ਇੱਥੇ ਹਾਜ਼ਿਰਤਨ ਸਾਹਿਬ ਤੇ ਗੁਰਦੁਆਰਾ ਕਿਲਾ ਸਾਹਿਬ ਵੀ ਪਹੁੰਚੇ ਸੀ ਤੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਕੀ ਕੀ ਪ੍ਰੋਗਰਾਮ ਲੀਕਿਆ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਵਾਇਗਰ ਜੀ ਦੀ ਫਤਿਹ ਜੀ ਅਮਰਜੀਤ ਸਾਹਿਬ ਕੀ ਜਿਹੜਾ ਪ੍ਰੋਗਰਾਮਾ ਗੁਰੂ ਗੋਬਿੰਦ ਸਿੰਘ ਜੀ ਦੇ ਆਮਦ ਦਾ ਪ੍ਰੋਗਰਾਮ ਲੀਕਿਆ ਹੋਇਆ ਕੀ ਕੀ ਪ੍ਰੋਗਰਾਮ ਕਦੋਂ ਕਦੋਂ ਆਇਆ ਦੱਸੋ ਹੂੰ ਵਾਇਗਰੂ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਪਹੁੰਚਦੇ ਨੇ ਉਸ ertidit ਤੋਂ ਹੁੰਦੇ ਹੋਏ ਚੱਕ ਫਤਿਹ ਸਿੰਘ ਵਾਲਾ ਲਵੇਰੀ ਸਰ ਭਾਗੂ ਤੋਂ ਹੁੰਦੇ ਹੋਏ 21 ਜੂਨ 1706 ਨੂੰ ਜੋ ਇੱਥੇ ਦੀਰਾ ਸੀਗਾ ਬਾਬਾ ਰਤਨ ਹਾਜੀ ਸਾਹਿਬ ਦਾ ਜੋ ਬਾਬਾ ਰਤਨ ਹਾਜੀ ਸਾਹਿਬ ਦਸਵੇਂ ਪਾਤਸ਼ਾਹ ਜੀ ਨੂੰ ਗੁਰੂ ਜੀ ਨੂੰ ਯਾਦ ਕਰ ਰਹੇ ਸਨ ਕਾਲਪੁਰਖ ਨੂੰ ਉਹਨਾਂ ਦਾ ਉਧਾਰ ਕਰਨ ਵਾਸਤੇ 21 ਜੂਨ ਨੂੰ ਇੱਥੇ ਪਹੁੰਚਦੇ ਨੇ ਉਸ ਨੂੰ ਆਮਨ ਦਿਹਾੜੇ ਤੌਰ ਤੇ 21 ਜੂਨ ਮਨਾਇਆ ਜਾਂਦਾ ਹੈ। ਭਾਵੇਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਹੀ ਗੁਰਦੁਆਰਾ ਹਾਜੀਤਨ ਸਾਹਿਬ ਵੱਲੋਂ ਗੁਰਦੁਆਰਾ ਕਿਲਾ ਸਾਹਿਬ ਵੱਲੋਂ ਹਰ ਸਾਲ ਇਸ੍ਰੀ ਖੰਡਪਟ ਸਾਹਿਬ ਜੀ ਦੇ ਪ੍ਰਕਾਸ਼ ਕਰਕੇ 19 ਤਰੀਕ ਨੂੰ 21 ਜੂਨ ਨੂੰ ਸਮਾਗਮ ਕੀਤੇ ਜਾਂਦੇ ਨੇ। ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪ੍ਰੋਗਰਾਮ ਲਿਖੇ ਨੇ ਕਿ 19 ਤਰੀਕ ਨੂੰ ਪ੍ਰਕਾਸ਼ ਹੋਣੇ ਖੰਡਪਟ ਸਾਹਿਬ ਦੋਨਾਂ ਗੁਰੂ ਘਰਾਂ ਦੇ ਵਿੱਚ ਇਸੇ ਤਰ੍ਹਾਂ 21 ਜੂਨ ਨੂੰ ਜੋ ਪ੍ਰਭਾਤ ਫੇਰੀ ਹਰ ਸਾਲ ਹੀ ਇਥੋਂ ਗੁਰਦੁਆਰਾ ਹਾਜੀਤ ਇਨਸਾਫ ਤੋਂ ਅੰਮ੍ਰਿਤ ਵੇਲੇ 6:30 ਵਜੇ ਆਰੰਭ ਹੁੰਦੀ ਹੈ ਤੇ ਕਿਲਾ ਸਾਹਿਬ ਤਕਰੀਬਨ 8:30 ਵਜੇ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਦੇ ਵਿੱਚ ਸ਼ਾਮਲ ਹੁੰਦੇ ਨੇ ਤੁਹਾਡੇ ਬਠਿੰਡੇ ਦੀਆਂ ਸੰਗਤਾਂ ਦੇ ਵਿੱਚ ਇੱਕ ਸ਼ਰਧਾ ਇੱਕ ਚਾਹ ਹੈ ਕਿ 21 ਜੂਨ ਨੂੰ ਜੋ ਬਠਿੰਡਾ ਦੇ ਲੋਕ ਜੋ ਪਟੰਡਾ ਸੀਗਾ ਕਿਲਾ ਕਸਬਾ ਸੀਗਾ ਕਿਹੜਾ ਤੋਂ ਚੱਲ ਕੇ ਸੰਗਤ ਨੇ ਆ ਕੇ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਜੋ ਕਾਣਾ ਦੇ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਉਸ ਨੂੰ ਸਾਡੇ ਨਾਲ ਚੱਲ ਕੇ ਉਸ ਦਾ ਉਧਾਰ ਕਰੋ ਦਸਵੇਂ ਪਾਤਸ਼ਾਹ ਜੀ 21 ਜੂਨ ਨੂੰ 1706 ਨੂੰ ਇਹਨਾਂ ਦਿਹਾੜਿਆਂ ਦੇ ਸਮੇਂ ਕਿਲਾ ਸਾਹ ਪਹੁੰਚਦੇ ਨੇ ਉਸ ਸ਼ਰਧਾ ਨੂੰ ਲੈ ਕੇ ਭਾਵਨਾ ਨੂੰ ਲੈ ਕੇ ਇਹ ਜਿਹੜੀ ਪ੍ਰਭਾਤ ਫੇਰੀ ਰੂਪ ਦੇ ਵਿੱਚ ਪੈਦਲ ਚੱਲ ਕੇ ਸੰਗਤਾਂ ਇਹ ਭਾਵਨਾ ਲੈਂਦੀਆਂ ਨੇ ਕਿ ਉਸ ਦਿਨ ਸਾਤਸ਼ਾਹ ਜੀ ਨੂੰ ਰੀਓਨੀਆ ਉਹ ਬਵਣ ਨੇ 21 ਜੂਨ ਰਾਤ ਨੂੰ ਸਵੇਰ ਤੱਕ ਮਹਾਨ ਕੀਰਤਨ ਦਰਬਾਰ ਹੋਣਾ ਜਿਸ ਵਿੱਚ ਹਜੂਰੀ ਰਾਗੀ ਜੇਤਾ ਪਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਦਾ ਭਾਈ ਸਿਮਰ ਅਰੇ ਨਹੀਂ ਭਾਈ ਸਰਬਜੀਤ ਜੋ ਮਹਾਨ ਕਥਾਵਾਚਕ ਨੇ ਮੁੱਖ ਪ੍ਰਚਾਰਕ ਨੇ ਮੁੱਖ ਬੁਲਾਰੇ ਨੇ ਧਰਮ ਪ੍ਰਚਾਰ ਕਮੇਟੀ ਦੇ ਉਹ ਆ ਰਹੇ ਨੇ ਗਿਆਨੀ ਜਗਤਾਰ ਸਿੰਘ ਜੀ ਹੱਡ ਗਰੰਤੀ ਤਖਤ ਸ੍ਰੀ ਦਮਦਮਾ ਸਾਹਿਬ ਆ ਰਹੇ ਨੇ ਤੇ ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ कोरोना महामारी ਕਰਕੇ ਦਸ਼ਮੇਸ਼ ਪਿਆਰੇ ਸੇਵਾ ਸੁਸਾਇਟੀ ਸਾਡੇ ਨਾਲ ਸਹਿਯੋਗ ਦੇਣ ਵਾਸਤੇ ਜੋ ਨਗਰ ਕੀਰਤਨ ਦਾ ਯੋਜਨ ਕਰਦੇ ਸਨ ਕੁਝ ਕਾਰਨਾ ਕਰਕੇ ਨਗਰ ਕੀਰਤਨ ਨਹੀਂ ਕੀਤੇ ਗਏ ਇਸ ਵਾਰ ਮੇਰੇ ਨਾਲ ਖੜੇ ਨੇ ਪ੍ਰਬੰਧਕ ਰਾਜ ਸਿੰਘ ਜੀ ਅਮਨਪ੍ਰੀਤ ਸੰਧੂ ਵੀਰ ਜੀ ਹੋਰ ਸਾਰੇ ਛੋਟੇ ਬੱਚੇ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਬੱਚੇ ਛੋਟੇ ਬੱਚੇ ਘਰਾਂ ਤੋਂ ਆਪਣੇ ਰਜੇਵੇਂ ਛੱਡ ਕੇ ਇਸ ਜੇ ਆਮਦ ਦਿਹਾੜੇ ਦੀ ਖੁਸ਼ੀਆਂ ਲੈਣ ਵਾਸਤੇ ਦਸਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੇ ਵਰਗਾਂ ਦੇ ਲੋਕ ਸਾਰੇ ਬੱਚੇ ਇੱਥੇ ਕਿ ਸਾਹਮਣੇ ਆਏ ਨੇ ਤੇ ਦਸ਼ਮੇਸ਼ ਪਿਆਰੇ ਸੇਵਾ ਸੁਸਾਇਟੀ ਵੱਲੋਂ ਜੋ ਨਗਰ ਕੀਰਤਨ ਦਾ ਯੋਜਨ ਕੀਤਾ ਉਹ 20 ਤਰੀਕ ਨੂੰ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤਕਰੀਬਨ 6:30 ਵਜੇ ਗੁਰਦੁਆਰਾ ਹਾਜ਼ਰੀਨ ਸਾਹਿਬ ਤੋਂ ਆਰੰਭ ਹੋਣਾ ਜੋ ਮਾਡਲ ਟਾਊਨ ਅਜੀਤ ਸਿੰਘ ਰੋਡ ਮਾਲ ਰੋਡ ਤੋਂ ਹੁੰਦਾ ਹੋਇਆ ਕਿਲਾ ਸਾਹਿਬ ਤਕਰੀਬਨ 11:30 12 ਵਜੇ ਪਹੁੰਚਣ ਤੇ ਮੇਰੀ ਸੰਗਤਾਂ ਨੂੰ ਅਪੀਲ ਹੈ ਕਿ ਜੇ ਉਹ ਆਮਦ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਹੁੰਚ ਕੇ तमाम ਵਰ ਦੇ ਕੇ ਮਾਲਵੇ ਦੀ ਧਰਤੀ ਨੂੰ ਨਵਾਜਿਆ ਗੁਰੂ ਦਾ ਮਾਲਵਾ ਕਹਿ ਕੇ ਨਵਾਜਿਆ ਅੱਜ ਮੈਂ ਸਮਝਦਾ ਮੈਂ ਪਹਿਲਾਂ ਵੀ ਦੱਸਿਆ ਕਿ ਜੇ ਉਹ ਅੱਜ ਖੁਸ਼ਹਾਲ ਆ ਮਾਲਵੇ ਦੀ ਧਰਤੀ ਜਾਂ ਬਠਿੰਡਾ ਖੁਸ਼ਹਾਲ ਦਸਵੇਂ ਪਾਸ਼ਾ ਜੀ ਦੀ ਖੁਸ਼ੀਆਂ ਕਰਕੇ ਉਹਨਾਂ ਦੇ ਵਾਰ ਸਦਕਾ ਇਹ ਖੁਸ਼ਾਲ ਤੇ ਉਹਨਾਂ ਦਾ ਆਮਨ ਦਿਹਾੜਾ ਸਾਨੂੰ ਸਾਰੀਆਂ ਸੁਸਾਇਟੀਆਂ ਨੂੰ ਸਾਰੀ ਸੰਗਤ ਨੂੰ ਵੱਡੀ ਪੱਧਰ ਤੇ ਮਨਾਉਣਾ ਚਾਹੀਦਾ ਤੇ ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ ਸਾਰੀਆਂ ਸਬਾ ਸੁਸਾਇਟੀਆਂ ਸਾਰੀ ਸੰਗਤ ਸਹਿਯੋਗ ਦੇ ਰਹੀ ਹੈ ਜਿੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਵਾਰਾ ਹਾਜੀਤਨ ਸਾਹਿਬ ਵੱਲੋਂ ਕੀਰਤਨ ਦਰਬਾਰ ਰੱਖੇ ਨੇ ਪ੍ਰਭਾਤ ਫੇਰੀ ਰੱਖੀ ਆ ਹੋਰ ਪ੍ਰੋਗਰਾਮ ਰੱਖੇ ਸ੍ਰੀਖੰਡ ਪਾਠ ਸਾਹਿਬ ਜੀ ਦੇ ਭੋਗ ਹਰ ਪ੍ਰਕਾਰ ਦੇ ਲੰਗਰਾਂ ਦੇ ਪ੍ਰਬੰਧ ਕਰਨੇ ਨੇ ਹਰ ਪ੍ਰਕਾਰ ਦੇ ਪ੍ਰਬੰਧ ਕਰਨੇ ਨੇ ਉੱਥੇ ਦਸ਼ਮੇਸ਼ ਪਿਆਰਾ ਸੇਵਾ ਸੁਸਾਇਟੀ ਦੇ ਜੋ ਵੀਰ ਨੇ ਛੋਟੇ ਛੋਟੇ ਬੱਚੇ ਨੇ ਦੋ ਬੜੀ ਖੁਸ਼ੀ ਦੇ ਨਾਲ ਮੈਂ ਸਮਝਦਾ ਕਿ ਅੱਜ ਜੋ ਇਹਨਾਂ ਨੇ ਸੁਭਾਵਾਂ ਅੱਜ ਵੀ ਕਿਲਾ ਸਾਹਿਬ ਕੀਤੀਆਂ ਸਪਾਈ ਦੀਆਂ ਤੇ ਇਥੇ ਕਿਲਾ ਗੁਰਦੁਰਾ ਜੀਤਨ ਸਾਹਿਬੀ ਕੱਲ ਉਸ ਸਫਾਈ ਦੀਆਂ ਸਵਾਵਾ ਕਰਨੀਆਂ ਇਹਨਾਂ ਦੇ ਵਿੱਚ ਬੜਾ ਵੱਡਾ ਚਾ ਆ ਤੇ ਇਸ ਵਾਰ ਨਗਰ ਕੀਰਤਨ ਵੀ ਸਾਡੇ ਨਾਲ ਕਰ ਰਹੇ ਨੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿੱਥੇ ਆਪ ਜੀ ਨੂੰ ਬਹੁਤ ਆਮਨ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਉਥੇ ਸਾਰੇ ਪ੍ਰੋਗਰਾਮ ਅੱਜ ਰਿਲੀਜ਼ ਕੀਤੇ ਨੇ ਪ੍ਰੈਸ ਦੇ ਵਿੱਚ ਵੀ ਆਪਜੀ ਨੂੰ ਪ੍ਰੈਸ ਦੇ ਵਿੱਚ ਵੀ ਰਿਲੀਜ਼ ਕੀਤੇ ਨੇ ਅਖਬਾਰਾਂ ਦੇ ਵਿੱਚ ਵੀ ਰਿਲੀਜ਼ ਕੀਤੇ ਨੇ ਸਾਰੇ ਰੂਟ ਵੀ ਰਿਲੀਜ਼ ਕੀਤੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਆ ਕੇ ਸਾਰੇ ਰੁਝੇਵੇਂ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਆ ਕੇ ਆ ਕੇ ਆਪਣੀ ਸ਼ਮੂਲੀਅਤ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਦਸ਼ਮੇਸ਼ ਪਿਆਰੇ ਸੇਵਾ ਸੁਸਾਇਟੀ ਦੇ ਸੰਚਾਲਕ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਅਮਰデアੜੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਤੁਹਾਡਾ ਬੜਾ-ਬੜਾ ਯੋਗਦਾਨ ਤੁਹਾਡੀ ਸੁਸਾਇਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਰੇ ਸ਼ਹਿਰ ਦੇ ਜਥੇਬੰਦੀਆਂ ਸੁਸਾਇਟੀਆਂ ਤੇ ਪ੍ਰਬੰਧਕ ਕਮੇਟੀ ਨੂੰ ਇਹੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ 21 ਜੂਨ ਨੂੰ ਗੁਰੂ ਗ빈 ਸਿੰਘ ਮਹਾਰਾਜ ਬਠਿੰਡੇ ਦੀ ਹਾਜ਼ਰੀਤਨ ਸਹਿਬ ਆਏ ਧੰਨ ਭਾਗ ਆਏ ਬਠਿੰਡੇ ਦੇ ਜਿਹੜੇ ਇੱਥੇ ਚਰਨ ਪਾ ਕੇ ਗਏ ਆ ਤੇ ਬਹੁਤ ਪਵਿੱਤਰ ਰੂਹ ਬਾਬਾ ਰਤਨ ਹਾਜੀ ਜੀ ਜਿਨ੍ਹਾਂ ਕਰਕੇ ਇੱਥੇ ਆਏ ਤੇ ਉਹਨਾਂ ਦਾ ਉਧਾਰ ਕੀਤਾ ਉਸ ਤੋਂ ਬਾਅਦ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਮਹਾਰਾਜ ਵੀ ਤੁਸੀਂ ਸ਼ਹਿਰ ਦੇ ਬਾਹਰੋਂ-ਬਾਰ ਬੈਠੇ ਹੋ ਅੰਦਰ ਸ਼ਹਿਰ ਦੇ ਅੰਦਰ ਆਓ ਤਾਂ ਕਿਲਾ ਸਾਹਿਬ ਗਏ ਤੇ ਸਾਡੀ ਇੱਕੋ ਹੀ ਬੇਨਤੀ ਹੈ ਵੀ ਸਾਰੇ ਜਥੇਬੰਦੀਆਂ ਸੋਸਾਇਟੀਆਂ ਰਲ ਮਿਲ ਕੇ ਆਪਾਂ ਇਸ ਦਿਨ ਨੂੰ ਵੱਡੇ ਪੱਧਰ ਤੇ ਮਨਾਈਏ ਤੇ ਜਿਸ ਤਰ੍ਹਾਂ ਅਸੀਂ 2016 ਚ ਇਹ ਸ਼ੁਰੂਆਤ ਕੀਤੀ ਵੀ ਨਗਰ ਕੀਰਤਨ ਦੀ ਪਹਿਲਾਂ ਪ੍ਰਵਾਤ ਫੇਰੀ ਜਾਂਦੀ ਸੀ 21 ਜੂਨ ਨੂੰ ਉਸ ਪ੍ਰਵਾਤ ਫੇਰੀ ਵੀ ਐਤਕੀ ਵੀ ਜਾਏਗੀ ਆਪਾਂ ਉਹਦਾ ਵੀ ਹਿੱਸਾ ਬਣੀਏ ਤਾਂ 20 ਜੂਨ ਨੂੰ ਜਿਹੜਾ ਨਗਰ ਕੀਰਤਨ ਇੱਥੋਂ ਸਜਾਇਆ ਜਾ ਰਿਹਾ ਉਹਦੇ ਸਾਡਾ ਮਤਲਬ ਜਥੇਬੰਦੀਆਂ ਬਹੁਤ ਸਹਿਯੋਗ ਦੇ ਰਹੀ ਮਨਿੰਦਰ ਸਿੰਘ ਨੋਨਾ ਜੀ ਪਾਲੀ ਵੀਰ ਜੀ ਤੇ ਰਾਜਵਿੰਦਰ ਸਿੰਘ ਰਾਜਾ ਜੀ ਤੇ ਜਬਜੀ ਵੀਰ ਜਿਸ ਤਰ੍ਹਾਂ ਉਹ ਸਾਰਨਾ ਸ਼ਬ ਚੌਂਕੀ ਦੇ ਨਾਲ ਚੱਲਦੇ ਆ ਉਸੇ ਤਰ੍ਹਾਂ ਜਿਵੇਂ ਭਾਈ ਮਤੀ ਦਾਸ ਨਗਰ ਗੁਰਦਾਰ ਸਾਹਿਬ ਉਹ ਸਹਿਯੋਗੀ ਉਹ ਕਹਿੰਦੇ ਅਸੀਂ ਲੰਗਰ ਲੈ ਕੇ ਉੱਥੇ ਕਿਲਾ ਸਾਹਿਬ ਜੋ ਸਮਾਪਤੀ ਉੱਥੇ ਪਹੁੰਚਾਂਗੇ ਉਸੇ ਤਰ੍ਹਾਂ ਗੁਰੂ ਕੀ ਚੱਕਰੀ ਦਲ ਪੰਜ ਪੈਰੀ ਸੇਵਾ ਉਹ ਨਿਭਾ ਰਹੇ ਆ ਇਸੇ ਤਰ੍ਹਾਂ ਸਾਡੀ ਹੱਥ ਜੁੜ ਕੇ ਸਾਰਿਆਂ ਨੂੰ ਬੇਨਤੀ ਵੀ ਛੋਟੇ ਛੋਟੇ ਆਪਾਂ ਆਪਣੀ ਆਪਣੀਆਂ ਡਿਊਟੀਆਂ ਸਮਝ ਕੇ ਆਪੇ ਇੱਕ ਵੱਡਾ ਕਾਫਲਾ ਲੈ ਕੇ ਹਾਜ਼ਰੀਨ ਸਾਹਿਬ ਤੋਂ ਕਿਲਾ ਸਾਹਿਬ ਪਹੁੰਚੀਏ ਜਿੱਥੇ ਅਕਸਰ ਹੀ ਸਮਾਜ 'ਚ ਇਹ ਗੱਲ ਕਹੀ ਜਾਂਦੀ ਹੈ ਵੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਗੁਰੂ ਘਰਾਂ ਵੱਲ ਨਹੀਂ ਜਾਂਦੀ ਜਾਂ ਸਿੱਖੀ ਤੋਂ ਮੁਨਕਨ ਹੋ ਰਹੀ ਆ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਜਿਹੜੇ ਬਹੁਤ ਨੌਜਵਾਨ ਨੇ ਇਸ ਸਹਿਯੋਗ ਕਰ ਰਹੇ ਅਸੀਂ ਜੀ ਕਦੇ ਵੀ ਇਹ ਨਹੀਂ ਸੋਚਿਆ ਵੀ ਕੋਈ ਦਾੜੀ ਕੱਟਦਾ ਹੈ ਕੇਸ ਕੱਟਦਾ ਹੈ ਜਾਂ ਉਹ Hindu ਪਰਿਵਾਰ 'ਚੋਂ ਆ ਜਾਂ ਮੁਸਲਮਾਨ ਪਰਿਵਾਰ 'ਚੋਂ ਕਿਸੇ ਪਰਿਵਾਰ 'ਚੋਂ ਆ ਸਾਡੇ ਇੱਕ ਬਹੁਤ ਵੱਡੀ ਇੱਥੇ ਸੰਸਥਾ ਹੈ ਗੁਰਵਿੰਦਰ ਸਿੰਘ ਜੀ ਜੋ ਕਿ ਮਤਲਬ ਸਮਾਜ ਸੇਵੀ ਨੇ ਉਹ ਇੱਕ Hindu ਪਰਿਵਾਰ ਚੋਂ ਨੇ ਉਹਨਾਂ ਦਾ ਬੇਟਾ ਇਸਕਰਨ ਸਿੰਘ ਮੰਗਟ ਮਤਲਬ ਸਾਡੇ ਜਿੰਨੇ ਵੀ ਦੋਸਤ ਹੈਗੇ ਆ ਜਾਂ ਸਾਡੇ ਸੱਜਣ ਸਹਿਯੋਗੀ ਸਾਡੇ ਹੈਗੇ ਆ ਇਹ ਮੁੰਡੇ ਖੜਿਆ ਤੁਸੀਂ ਦੇਖੋ ਇਹ ਸਭ ਤੋਂ ਵੱਡਾ ਸਹਿਯੋਗ ਇਹ ਦਿੰਦਾ ਵੀ ਜੋ ਵੀ ਅਸੀਂ ਕੋਈ ਸੇਵਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਜੇ ਅਸੀਂ 10 ਵਜੇ ਦਾ ਟਾਈਮ ਦਿੱਤਾ ਤਾਂ ਇਹ 9:55 ਦੇ ਅੱਗੇ ਖੜਾ ਹੋਊਗਾ ਅਸੀਂ ਇਹੀ ਦੇਖਦੇ ਆਂ ਵੀ ਸਿੱਖੀ ਚਲੋ ਮੁਬਾਰਕ ਹੈ ਸਿੱਖ ਬਣੋ ਚੰਗੇ ਵਿਦਵਾਨ ਬਣੋ ਪੜੋ ਕੇਸਾਂ ਧਾਰੀ ਹੋਵੋ ਪਰ ਸਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਹੁਕਮ ਕੀਤਾ ਵੀ ਸਾਰਿਆਂ ਨਾਲ ਲੈ ਕੇ ਚਲੋ ਸਾਡੀ ਸੋਚ ਹੈ ਸਾਰੋਂ ਨਾਲ ਅਗੇ ਚਲੇ ਕਿਉਂਕਿ ਇਹ ਅੱਗੇ ਇਹਨਾਂ ਨੇ ਆਉਣਾ ਜੀ ਗੁਰੂ ਮਹਾਰਾਜ ਦੀ ਕਿਰਪਾ ਕਰਦੀ ਹੈ ਜੋ ਸਮਾ ਆ ਜਾਣਾ ਹੈ ਇਹ ਨਹੀਂ ਪਤਾ ਵੀ ਸਾਡੇ ਤੋਂ ਵਧੀਆ ਸਿੱਖ ਬਣੇ ਅੱਗੇ ਵਧੇ ਸਾਡੇ ਤੋਂ ਇਤਿਹਾਸ ਵਿੱਚ ਹੋਰ ਜਾਣੂ ਹੋਵੇ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਸਿੱਖ ਸੰਗਤ ਨੂੰ ਇਹੀ ਅਪੀਲ ਹੈ ਕਿ ਆਪਾਂ ਵੱਧ ਛੜ ਕੇ ਇਸ ਦਿਹਾੜੇ ਨੂੰ ਮਨਾਈਏ ਇਕੱਠੇ ਹੋਈਏ ਇਕੱਤਰ ਹੋਈਏ ਤੇ ਸਮਾਜ ਨੂੰ ਇਕਜੁੱਟ ਹੋਣ ਦਾ ਆਪਾਂ ਸੰਦੇਸ਼ ਦਈਏ ਜਿਵੇਂ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਰਜ ਦੇ ਸਭੇ ਸਾਜੀ ਵਾਸਦਾਨ ਕੋਈ ਨਾ ਦਿੱਸੇ ਬਾਹਰ ਜੂ ਬਾਹਰ ਕੋਈ ਵੀ ਨਹੀਂ ਹੈ ਸਾਰੇ ਉਸ ਕਾਲ ਦੇ ਬੱਚੇ ਆ ਤੇ ਉਸ ਕਾਲ ਦੇ ਬੱਚੇ ਰ ਇਸ ਨਗਰ ਕੀਰਤਨ ਨੂੰ ਵਧੀਆ ਤਰੀਕੇ ਨਾਲ ਮਨਾਇਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਥੇ ਗੁਰਦੁਆਰਾਸ ਦੇ ਮੈਨੇਜਰ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਸਾਰੇ ਪ੍ਰੋਗਰਾਮ ਦੀ ਉੱਥੇ ਹੀ ਦਸ਼ਮੇਸ਼ ਪਿਆਰੇ ਸੇਵਾ ਸੁਸਾਇਟੀ ਦੇ ਸੰਚਾਲਕ ਉਹਨਾਂ ਦਾ ਬੜਾ ਵੱਡਾ ਯੋਗਦਾਨਾ ਉਹਨਾਂ ਨੇ ਵੀ ਦੱਸਿਆ ਵੀ ਨੌਜਵਾਨ ਪੀੜ੍ਹੀ ਨੂੰ ਵੀ ਵੱਧ ਛੱਡ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਵੱਡਾ ਖਾਸ ਕਰਕੇ ਬਟਿੰਡੇ ਦੀ ਜਾਂ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਬੜੀ ਵੱਡੀ ਆਪਾਰ ਕਿਰਪਾ ਕੀਤੀ ਹੈ ਜਿਸ ਨੂੰ ਲੈ ਕੇ ਬਟਿੰਡੇ ਤੇ ਅਤੇ ਬੰਡੇ ਦੇ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਵੱਧ ਛੱਡ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮਹਾਰਿਸ਼ਪਾਲ ਸਿੰਘ